ਤਾਂ ਇਹ ਤਸਵੀਰਾਂ ਉਸ ਘਰ ਤੋਂ ਆਈਆਂ ਨੇ ਜਿੱਥੇ ਇੱਕੋ ਝਟਕੇ ਦੇ ਵਿੱਚ ਹੀ ਪੂਰਾ ਪਰਿਵਾਰ ਉੱਜੜ ਗਿਆ। ਤਾਂ ਨਾੜ ਦੇ ਵਿੱਚ ਲੱਗੀ ਅੱਗ 3 ਜਣਿਆਂ ਦੀ ਮੌਤ ਦਾ ਕਾਰਨ ਬਣੀ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਦੇ ਵਿੱਚ ਇਹਨਾਂ ਦੀਆਂ ਮ੍ਰਿਤਕ ਲਾਸ਼ਾਂ ਪਹੁੰਚੀਆਂ ਨੇ, ਜਿੱਥੇ ਇਸ ਮਹਿਲਾ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਇਸਦੇ ਪਤੀ, ਸੱਸ ਅਤੇ 3 ਸਾਲ ਦੇ ਬੱਚੇ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸੀ। ਤਾਂ ਸੜਕ ਕਿਨਾਰੇ ਇੱਕ ਖੇਤ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗੀ ਸੀ। ਤਾਂ ਅੱਗ ਦਾ ਧੂੰਆਂ ਪੂਰੀ ਸੜਕ 'ਤੇ ਫੈਲਿਆ ਹੋਇਆ ਸੀ, ਜਿਸ ਕਾਰਨ ਕਈ ਵਾਹਨਾਂ ਦੇ ਵਿੱਚ ਟੱਕਰ ਹੋ ਜਾਂਦੀ ਹੈ। ਤਾਂ ਬਾਈਕ 'ਤੇ ਸਵਾਰ ਇਹਨਾਂ ਤਿੰਨਾਂ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਹੁਣ ਇਹਨਾਂ ਦੀਆਂ ਮ੍ਰਿਤਕ ਦੇਹਾਂ ਘਰ ਦੇ ਵਿੱਚ ਪਹੁੰਚੀਆਂ ਨੇ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਹੁਣ ਪਰਿਵਾਰ ਦੇ ਵਿੱਚ ਸਿਰਫ ਇੱਕ ਮਹਿਲਾ ਰਹਿ ਗਈ ਹੈ, ਕਿਉਂਕਿ ਇਸਦਾ ਸਾਰਾ ਪਰਿਵਾਰ ਹੀ ਇਸ ਹਾਦਸੇ ਦੇ ਵਿੱਚ ਖੋ ਗਿਆ। ਤਾਂ 3 ਜੀ ਸੀ, ਜਿਸ ਦੇ ਵਿੱਚ ਇਸਦਾ ਪਤੀ, ਇਸਦੀ ਸੱਸ ਅਤੇ 3 ਸਾਲ ਦਾ ਬੱਚਾ ਸੀ। ਤਾਂ ਤਿੰਨਾਂ ਦੀ ਹੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੁਣ ਘਰ ਦੇ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਹੈ, ਕਿਉਂਕਿ ਇਹ ਮਹਿਲਾ ਇਕੱਲੀ ਰਹਿ ਗਈ ਹੈ। ਪਤੀ ਜੋ ਕਿ ਕਮਾਉਂਦਾ ਸੀ, ਤਾਂ ਉਸਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ, ਜਦਕਿ ਇਸਦੀ ਸੱਸ ਅਤੇ ਬੱਚੇ ਦੀ ਵੀ ਮੌਤ ਹੋ ਗਈ। 112 ਤੋਂ ਕਾਲ ਆਈ ਆ, ਅਸੀਂ ਨਵੇਂ ਪਿੰਡ ਲਾਗੇ ਖਲੋਤੇ ਸੀ ਅਤੇ ਅਸੀਂ ਉੱਥੋਂ ਫਿਰ ਫੌਰਨ ਇੱਧਰ ਨੂੰ ਆ ਗਏ ਹਾਂ ਅਤੇ ਜਾਂ ਆ ਕੇ ਦੇਖਿਆ ਵਾ ਕਿ ਇੱਕ ਮੋਟਰਸਾਈਕਲ ਦੱਸਿਆ ਪਬਲਿਕ ਨੇ ਵੀ ਮੋਟਰਸਾਈਕਲ ਵੱਜਾ ਅਤੇ ਇੱਕ ਬੇਟੇ ਦੀ ਮੌਤ ਹੋਈ ਆ। ਉਸ ਦੀ ਉਮਰ ਹੈਗੀ ਤਕਰੀਬਨ 3 ਸਾਲ ਅਤੇ ਇੱਕ ਬੇਟਾ ਹੈਗਾ ਸੀ 30 ਸਾਲ ਦਾ। ਦਾਦੀ ਜਿਹੜੀ ਉਹ 70 ਸਾਲ ਦੀ ਸੀ। ਮੌਕੇ 'ਤੇ SHO ਸਾਹਿਬ ਅਤੇ ਡਿਊਟੀ ਅਫਸਰ ਜਿਹੜੇ ਮੌਕੇ 'ਤੇ ਪਹੁੰਚ ਚੁੱਕੇ ਅਤੇ ਬਾਕੀ ਕਾਰਵਾਈ ਜਿਹੜੀ ਅਫਸਰਾਂ ਨੇ ਕਰਨੀ ਹੈ, ਰੋਡ ਕਲੀਅਰ ਕਰਕੇ ਅਤੇ ਚਾਲੂ ਕਰਤਾ। ਤੁਹਾਡੇ ਆਉਣ ਤੋਂ ਪਹਿਲਾਂ ਜਿਹੜੀ ਡੈੱਡ ਬੋਡੀ ਜਾ ਚੁੱਕੀ ਸੀ? ਹਾਂਜੀ ਬਿਲਕੁਲ ਜੀ, ਜਾ ਚੁੱਕੇ ਹਾਂ ਬਾਬੇ ਬਕਾਲੇ ਹੋਸਪਿਟਲ, ਉਹ ਲੈ ਗਏ ਜੀ ਮੌਕੇ 'ਤੇ। ਅਤੇ ਸਰ ਕਿੱਥੋਂ ਦੇ ਰਹਿਣ ਵਾਲੇ ਸੀਗੇ ਮ੍ਰਿਤਕ ਜਿਹੜੇ ਆ? ਮ੍ਰਿਤਕ ਕੋਟਲੇ ਦੇ ਰਹਿਣ ਵਾਲੇ, ਕੋਟਲਾ ਪਿੰਡ ਦੱਸਦੇ ਇੱਥੇ ਲੱਗ ਗਏ, ਕੋਟਲਾ ਸੂਬਾ ਸੀ। ਅਤੇ ਕਿਹਦੇ ਨਾਲ ਟੱਕਰ ਹੋਈ ਹੈ ਇਹਨਾਂ ਦੀ? ਇਹ ਦੱਸਦੇ ਆ ਕਿ ਟਰੱਕ ਹੀ ਹੋਈ, ਅਸੀਂ ਮੌਕੇ 'ਤੇ ਟਰੱਕ ਦੇਖਿਆ ਨਹੀਂ, ਪਰ ਦੱਸਦੇ ਕਿ ਟਰੱਕ ਦੇ ਨਾਲ ਕੋਈ ਟੱਕਰ ਹੋਈ ਆ ਅਤੇ ਅੱਗ ਦਾ ਨਾੜ ਸੀ, ਉਹਨੂੰ ਅੱਗ ਲਾਈ ਸੀ ਅਤੇ ਧੂੰਏ ਦੇ ਕਾਰਨ ਜਿਹੜਾ ਹਾਦਸਾ ਵਾਪਰਿਆ। ਜੇਕਰ ਧੂੰਆਂ ਨਾ ਹੁੰਦਾ ਤਾਂ ਫਿਰ ਹਾਦਸਾ ਨਹੀਂ ਸੀ ਵਾਪਰ ਸਕਦਾ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਾਰਵਾਈ ਹੈ ਉਹ ਜਿਹੜਾ ਧੂੰਆਂ ਲਗਾਇਆ ਜਿਨ੍ਹਾਂ ਨੇ ਖੇਤ ਨੂੰ ਅੱਗ ਲਾਈ ਹੈ ਉਹਨਾਂ 'ਤੇ ਬਣਦੀ ਹੈ ਜੀ? ਨਹੀਂ ਜੀ, ਇਹਦੇ ਅਫਸਰ SHO ਸਾਹਿਬ ਮੌਕੇ 'ਤੇ ਪਹੁੰਚੇ ਸੀ, ਕਾਰਵਾਈ ਦੇ ਪੁਲਿਸ ਅਫਸਰਾਂ ਦੇ ਨੋਟਿਸ 'ਚ ਲਿਆਂਦਾ ਵਾ, SHO ਸਾਹਿਬ ਕਰਨਗੇ ਕਾਰਵਾਈ ਜਿਹੜੀ ਵੀ ਜਿਹਦੇ ਖਿਲਾਫ਼ ਬਣਦੀ ਹੋਏਗੀ। ਡੈੱਡ ਬੋਡੀ 'ਚ ਕਿੱਧਰ ਗਈਆਂ ਨੇ ਹੁਣ? ਇਹ ਬਾਬੇ ਬਕਾਲੇ ਸਿਵਲ ਹੋਸਪਿਟਲ। ਤਾਂ ਇਹ ਤਸਵੀਰਾਂ ਉਸ ਘਰ ਤੋਂ ਆਈਆਂ ਨੇ ਜਿੱਥੇ ਇੱਕੋ ਝਟਕੇ ਦੇ ਵਿੱਚ ਹੀ ਪੂਰਾ ਪਰਿਵਾਰ ਉੱਜੜ ਗਿਆ। ਤਾਂ ਨਾੜ ਦੇ ਵਿੱਚ ਲੱਗੀ ਅੱਗ 3 ਜਣਿਆਂ ਦੀ ਮੌਤ ਦਾ ਕਾਰਨ ਬਣੀ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਦੇ ਵਿੱਚ ਇਹਨਾਂ ਦੀਆਂ ਮ੍ਰਿਤਕ ਲਾਸ਼ਾਂ ਪਹੁੰਚੀਆਂ ਨੇ, ਜਿੱਥੇ ਇਸ ਮਹਿਲਾ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਇਸਦੇ ਪਤੀ, ਸੱਸ ਅਤੇ 3 ਸਾਲ ਦੇ ਬੱਚੇ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸੀ। ਤਾਂ ਸੜਕ ਕਿਨਾਰੇ ਇੱਕ ਖੇਤ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗੀ ਸੀ। ਤਾਂ ਅੱਗ ਦਾ ਧੂੰਆਂ ਪੂਰੀ ਸੜਕ 'ਤੇ ਫੈਲਿਆ ਹੋਇਆ ਸੀ, ਜਿਸ ਕਾਰਨ ਕਈ ਵਾਹਨਾਂ ਦੇ ਵਿੱਚ ਟੱਕਰ ਹੋ ਜਾਂਦੀ ਹੈ। ਤਾਂ ਬਾਈਕ 'ਤੇ ਸਵਾਰ ਇਹਨਾਂ ਤਿੰਨਾਂ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਹੁਣ ਇਹਨਾਂ ਦੀਆਂ ਮ੍ਰਿਤਕ ਦੇਹਾਂ ਘਰ ਦੇ ਵਿੱਚ ਪਹੁੰਚੀਆਂ ਨੇ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸਦੇ ਕਿ ਹੁਣ ਪਰਿਵਾਰ ਦੇ ਵਿੱਚ ਸਿਰਫ ਇੱਕ ਮਹਿਲਾ ਰਹਿ ਗਈ ਹੈ, ਕਿਉਂਕਿ ਇਸਦਾ ਸਾਰਾ ਪਰਿਵਾਰ ਹੀ ਇਸ ਹਾਦਸੇ ਦੇ ਵਿੱਚ ਖੋ ਗਿਆ।
ਤਾਂ 3 ਜੀ ਸੀ, ਜਿਸ ਦੇ ਵਿੱਚ ਇਸਦਾ ਪਤੀ, ਇਸਦੀ ਸੱਸ ਅਤੇ 3 ਸਾਲ ਦਾ ਬੱਚਾ ਸੀ। ਤਾਂ 3 ਦੀ ਹੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੁਣ ਘਰ ਦੇ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਹੈ, ਕਿਉਂਕਿ ਇਹ ਮਹਿਲਾ ਇਕੱਲੀ ਰਹਿ ਗਈ ਹੈ। ਪਤੀ ਜੋ ਕਿ ਕਮਾਉਂਦਾ ਸੀ, ਤਾਂ ਉਸਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ, ਜਦਕਿ ਇਸਦੀ ਸੱਸ ਅਤੇ ਬੱਚੇ ਦੀ ਵੀ ਮੌਤ ਹੋ ਗਈ। 12 ਤੋਂ ਕਾਲ ਆਈ ਆ, ਅਸੀਂ ਨਵੇਂ ਪਿੰਡ ਲਾਗੇ ਖਲੋਤੇ ਸੀ ਅਤੇ ਅਸੀਂ ਉੱਥੋਂ ਫਿਰ ਫੌਰਨ ਇੱਧਰ ਨੂੰ ਆ ਗਏ ਹਾਂ ਅਤੇ ਜਾਂ ਆ ਕੇ ਦੇਖਿਆ ਵਾ ਕਿ ਇੱਕ ਮੋਟਰਸਾਈਕਲ ਦੱਸਿਆ ਪਬਲਿਕ ਨੇ ਵੀ ਮੋਟਰਸਾਈਕਲ ਵੱਜਿਆ ਅਤੇ ਇੱਕ ਬੇਟੇ ਦੀ ਮੌਤ ਹੋਈ ਆ। ਉਸ ਦੀ ਉਮਰ ਹੈਗੀ ਤਕਰੀਬਨ 3 ਕੁ ਸਾਲ ਅਤੇ ਇੱਕ ਬੇਟਾ ਹੈਗਾ ਸੀ 30 ਕੁ ਸਾਲ ਦਾ, ਦਾਦੀ ਜਿਹੜੀ ਉਹ 70 ਕੁ ਸਾਲ ਦੀ ਸੀ। ਮੌਕੇ 'ਤੇ SHO ਸਾਹਿਬ ਅਤੇ ਡਿਊਟੀ ਅਫਸਰ ਜਿਹੜੇ ਮੌਕੇ 'ਤੇ ਪਹੁੰਚ ਚੁੱਕੇ ਅਤੇ ਬਾਕੀ ਕਾਰਵਾਈ ਜਿਹੜੀ ਅਫਸਰਾਂ ਨੇ ਕਰਨੀ ਹੈ, ਅਸੀਂ ਰੋਡ ਕਲੀਅਰ ਕਰਕੇ ਅਤੇ ਚਾਲੂ ਕਰਦਾ। ਤੁਹਾਡੇ ਆਉਣ ਤੋਂ ਪਹਿਲਾਂ ਜਿਹੜੀ ਡੈੱਡ ਬੋਡੀ ਜਾ ਚੁੱਕੀ ਸੀ? ਹਾਂਜੀ ਬਿਲਕੁਲ ਜੀ, ਜਾ ਚੁੱਕੇ ਹਾਂ ਬਾਬੇ ਬਕਾਲੇ ਹੋਸਪਿਟਲ, ਉਹ ਲੈ ਕੇ ਜੀ ਮੌਕੇ 'ਤੇ। ਅਤੇ ਸਰ ਕਿੱਥੋਂ ਦੇ ਰਹਿਣ ਵਾਲੇ ਸੀਗੇ ਮ੍ਰਿਤਕ ਜਿਹੜੇ ਆ? ਮ੍ਰਿਤਕ ਕੋਟਲੇ ਦੇ ਰਹਿਣ ਵਾਲੇ, ਕੋਟਲਾ ਪਿੰਡ ਦੱਸਦੇ ਇੱਥੇ ਲੱਗ ਗਏ, ਕੋਟਲਾ ਸੂਬਾ ਸੀ। ਅਤੇ ਕਿਹਦੇ ਨਾਲ ਟੱਕਰ ਹੋਈ ਹੈ ਇਹਨਾਂ ਦੀ? ਇਹ ਦੱਸਦੇ ਆ ਕਿ ਟਰੱਕ ਹੀ ਹੋਈ, ਅਸੀਂ ਮੌਕੇ 'ਤੇ ਟਰੱਕ ਦੇਖਿਆ ਨਹੀਂ, ਪਰ ਦੱਸਦੇ ਕਿ ਟਰੱਕ ਦੇ ਨਾਲ ਕੋਈ ਟੱਕਰ ਹੋਈ ਆ ਅਤੇ ਅੱਗ ਦਾ ਨਾੜ ਸੀ, ਉਹਨੂੰ ਅੱਗ ਲਾਈ ਸੀ ਅਤੇ ਧੂੰਏ ਦੇ ਕਾਰਨ ਜਿਹੜਾ ਹਾਦਸਾ ਵਾਪਰਿਆ। ਜੇਕਰ ਧੂੰਆਂ ਨਾ ਹੁੰਦਾ ਤਾਂ ਫਿਰ ਹਾਦਸਾ ਨਹੀਂ ਵਾਪਰ ਸਕਦਾ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਾਰਵਾਈ ਹੈ ਉਹ ਜਿਹੜਾ ਧੂੰਆਂ ਲਗਾਇਆ ਜਿਨ੍ਹਾਂ ਨੇ ਖੇਤ ਨੂੰ ਅੱਗ ਲਾਈ ਹੈ ਉਹਨਾਂ 'ਤੇ ਬਣਦੀ ਹੈ ਜੀ? ਨਹੀਂ ਜੀ, ਇਹਦੇ ਅਫਸਰ SHO ਸਾਹਿਬ ਮੌਕੇ 'ਤੇ ਪਹੁੰਚੇ ਸੀ, ਕਾਰਵਾਈ ਦੇ ਪੁਲਿਸ ਅਫਸਰਾਂ ਦੇ ਨੋਟਿਸ 'ਚ ਲਿਆਂਦਾ ਵਾ, SHO ਸਾਹਿਬ ਕਰਨਗੇ ਕਾਰਵਾਈ ਜਿਹੜੀ ਵੀ ਜਿਹਦੇ ਖਿਲਾਫ ਬਣਦੀ ਹੋਏਗੀ। ਡੈੱਡ ਬੋਡੀ 'ਚ ਕਿੱਧਰ ਗਈਆਂ ਨੇ ਹੁਣ? ਇਹ ਬਾਬੇ ਬਕਾਲੇ ਸਿਵਲ ਹੋਸਪਿਟਲ।